ਤੇ ਸਾਡੀ ਕੇ ਮਾਰਟ ਦੀ ਸ਼ਾਪਿੰਗ ਜਿਹੜੀ ਹੋ ਗਈ ਹੈ। ਸੋ ਹੇ ਗਾਇਸ, ਕਿੱਦਾਂ ਕੀ ਹਲਚਲ? ਦੇਖ ਰਹੇ ਹੋ ਕਿ ਲੁੱਕ ਚੇਂਜ ਹੋ ਗਿਆ ਸਭ ਕੁਝ। ਹਾਂ ਬਾਜੀ, ਚੇਂਜ ਮੇਰਾ ਫਸਟ ਡੇ ਹੈ ਆਸਟ੍ਰੇਲੀਆ ਦੇ ਵਿੱਚ। ਜਦ ਮੈਂ ਉੱਧਰੋਂ ਆ ਗਿਆ ਸੀ, ਪ੍ਰਾਣ ਨੇ ਮੈਨੂੰ ਪਿੱਕ ਕਰ ਲਿਆ ਸੀ। ਮੈਂ ਬਹੁਤ ਟਾਇਰਡ ਹੋ ਗਿਆ ਸੀ ਉਸ ਦਿਨ, ਤਾਂ ਕਰਕੇ ਮੈਂ ਅੱਗੇ ਬਣਾ ਨਹੀਂ ਪਾਇਆ ਕੋਈ ਵਲੌਗ। ਮੈਂ ਹੁਣ ਇਸ ਟਾਈਮ ਮੈਂ ਬੈਕਯਾਰਡ 'ਚ ਖੜ੍ਹਾ ਆਪਣੇ ਘਰ ਦੇ। ਠੀਕ ਹੈ, ਘਰ ਦਾ ਟੂਰ ਵੀ ਕਰਾਉਣਗੇ, ਸਾਨੂੰ ਸਭ ਕੁਝ ਦੱਸਣਗੇ। ਅੱਜ ਮੈਂ ਗਿਆ ਸੀ ਸਵੇਰੇ ਕੋਵਿਡ ਟੈਸਟ ਦੀ ਲਾਈਨ 'ਚ, ਅਤੇ ਪਹਿਲਾ ਦਿਨ ਤਾਂ ਹੋਇਆ ਨਹੀਂ ਜਿਸ ਦਿਨ ਮੈਂ ਆਇਆ ਸੀ, ਕਿਉਂਕਿ ਪਬਲਿਕ ਹੋਲੀਡੇ ਸੀ। ਠੀਕ ਹੈ, ਅਤੇ ਹੁਣ ਨੈਕਸਟ ਡੇ ਅਸੀਂ ਗਏ ਸੀ, ਬਹੁਤ ਲੰਬੀ ਲਾਈਨ ਸੀ, ਬਹੁਤ ਜ਼ਿਆਦਾ, ਤੁਸੀਂ ਦੇਖ ਸਕਦੇ ਹੋ। ਅਤੇ ਬਹੁਤ ਜ਼ਿਆਦਾ, ਮਤਲਬ ਪਹਿਲਾਂ ਤੁਸੀਂ ਲਾਈਨ 'ਚ 5 ਘੰਟੇ ਸੀ ਲਾਈਨ 'ਚ ਲੱਗੇ, ਅੱਗੇ ਜਾ ਕੇ ਇਨਕੁਆਇਰੀ ਹੋਈ। ਇਨਕੁਆਇਰੀ ਤੋਂ ਬਾਅਦ ਫਿਰ ਤੁਸੀਂ ਜਾਂਦੇ ਹੋ ਵੇਟਿੰਗ ਰੂਮ 'ਚ, ਵੇਟਿੰਗ ਰੂਮ 'ਚ ਫਿਰ ਉਹ ਤੁਹਾਡਾ ਨਾਮ ਅਨਾਊਂਸ ਕਰਦੇ ਨੇ। ਜਦ ਤੁਹਾਡਾ ਨਾਮ ਅਨਾਊਂਸ ਕਰਦੇ ਨੇ ਤੁਸੀਂ ਆਓਗੇ। ਠੀਕ ਹੈ, ਜਿੱਦਾਂ ਹੀ ਤੁਸੀਂ ਆਓਗੇ ਨਾ, ਫਿਰ ਤੁਹਾਨੂੰ ਡਾਕਟਰ ਤੋਂ ਗੱਲ ਕਰਾਉਣਗੇ, ਉਹ ਸਕਾਈਪ ਤੋਂ ਮਤਲਬ ਵੀਡੀਓ ਕਾਲ 'ਤੇ ਤੁਹਾਨੂੰ ਡਾਕਟਰ 'ਤੇ ਗੱਲ ਕਰਾਉਣਗੇ ਉਹ। ਫਿਰ ਉਹ ਤੋਂ ਬਾਅਦ ਫਿਰ ਤੁਸੀਂ ਜਾਓਗੇ ਟੈਸਟ ਵਾਸਤੇ। ਜਿੱਦਾਂ ਹੀ ਟੈਸਟ ਹੋ ਗਏ ਤੁਹਾਡਾ ਕਲੀਅਰ, ਤੁਸੀਂ ਜਾ ਸਕਦੇ ਹੋ ਘਰ, ਕੋਈ ਦਿੱਕਤ ਨਹੀਂ। ਰਿਪੋਰਟ, ਪਬਲਿਕ ਹੋਲੀਡੇ ਚੱਲ ਰਹੀ ਹੈ ਤਾਂ ਕਰਕੇ ਰਿਪੋਰਟ ਆ ਰਹੀ ਹੈ ਲੇਟ। ਠੀਕ ਹੈ, ਤਾਂ ਕਰਕੇ ਥੋੜ੍ਹਾ ਜਿਹਾ ਚੱਕਰ ਪੈ ਰਿਹਾ, ਬਾਕੀ ਦੇ ਸਭ ਓਕੇ ਆ, ਸਭ ਵਧੀਆ ਹੈ। ਠੀਕ ਹੈ, ਉਹ ਤੋਂ ਬਾਅਦ ਮੈਂ ਲਿੱਤੀ ਸਿਮ, ਟੈਸਟਰਾ ਦੀ ਸਿਮ ਲਿੱਤੀ ਹੈ। ਵੋਡਾਫੋਨ ਦੀ ਵੀ ਲੈ ਸਕਦੇ ਹੋ, ਤੁਸੀਂ ਆਪਟਸ ਦੀ ਵੀ ਲੈ ਸਕਦੇ ਹੋ, ਪਰ ਸਭ ਤੋਂ ਬੈਸਟ ਨੈਟਵਰਕ ਟੈਸਟਰਾ ਦਾ ਹੈ। ਠੀਕ ਹੈ, ਅਤੇ ਸਿਮ ਜਦ ਮੈਂ ਲਿੱਤੀ ਸੀ, ਮੈਂ ਤੁਹਾਨੂੰ ਦਿਖਾਉਂਦਾ, ਤੁਸੀਂ ਦੇਖ ਵੀ ਸਕਦੇ ਹੋ। ਅਤੇ ਨਾਲ ਸਿਮ ਤੁਸੀਂ ਕੀ ਕਰਨਾ, ਜਦ ਤੁਸੀਂ ਸਿਮ ਆਪਣੇ ਫੋਨ 'ਚ ਪਾਓਗੇ, ਤੁਹਾਨੂੰ ਇੱਕ ਮੈਸੇਜ ਆਏਗਾ, ਉਹਦੇ 'ਤੇ ਲਿੰਕ 'ਤੇ ਕਲਿੱਕ ਕਰਨਾ, ਅਤੇ ਉਹ ਪੁੱਛੇਗਾ ਪ੍ਰੀਪੇਡ ਹੈ ਪੋਸਟਪੇਡ ਹੈ। ਫਿਰ ਥੱਲੇ ਨਾ ਸੀਰੀਅਲ ਨੰਬਰ ਦਿੱਤਾ ਹੋਇਆ, ਇਹਦੇ 'ਚ ਸੀਰੀਅਲ ਨੰਬਰ ਪਾਓਗੇ, ਫਿਰ ਤੁਸੀਂ ਤੁਹਾਨੂੰ ਪਾਉਣਾ ਸੀਰੀਅਲ ਨੰਬਰ। ਸੀਰੀਅਲ ਨੰਬਰ ਤੋਂ ਬਾਅਦ ਤੁਹਾਨੂੰ ਪੁੱਛੇਗਾ ਕਿ ਤੁਹਾਡੀ ਆਈ ਡੀ ਕੀ ਹੈ। ਆਈ ਡੀ ਆਪਣੀ ਇੱਧਰ ਇੱਕ ਹੀ ਚੱਲਣੀ ਹੈ, ਪਾਸਪੋਰਟ ਦੀ, ਅਤੇ ਤੁਸੀਂ ਇੰਟਰਨੈਸ਼ਨਲ ਪਾਸਪੋਰਟ ਦੀ ਆਈ ਡੀ ਪਾਓਗੇ ਆਪਣੀ। ਠੀਕ ਹੈ, ਉਹਦਾ ਨੰਬਰ ਪਾਓਗੇ, ਅੱਗੇ ਕਰੋਗੇ, ਨੈਕਸਟ ਕਰਦੇ ਰਹੋਗੇ, ਜੋ ਪੁੱਛੇਗਾ ਐਡਰੈਸ ਐਡਰੈਸ ਤੁਸੀਂ ਓਕੇ ਕਰ ਦੇਣਾ, ਤੁਹਾਡੀ ਸੇਮ ਉਸ ਟਾਈਮ ਸਟਾਰਟ ਹੋ ਜਾਏਗੀ। ਫਰੇਮ ਸੈੱਟ ਕਰਾ, ਹਾਂ ਹੁਣੇ ਚੱਲੇ ਸ਼ੋਪਿੰਗ ਵਾਸਤੇ, ਥੋੜ੍ਹਾ ਜਿਹਾ ਸਮਾਨ ਲੈਣਾ। ਹੋ ਸਕਦਾ ਅਗਰ ਮੈਂ ਥੋੜ੍ਹਾ ਜਿਹਾ ਦੇਖਿਆ ਉੱਦਾਂ ਦਾ ਸਿਸਟਮ ਸਮਝਾਂਗਾ, ਅਤੇ ਤੁਹਾਨੂੰ ਦਿਖਾ ਸਕਦਾ, ਸਾਰੀ ਚੀਜ਼ਾਂ ਦਿਖਾਵਾਂਗੇ, ਘਰ ਦਾ ਵੀ ਦਿਖਾਉਣ ਕੇ ਸਾਰਾ ਸਿਸਟਮ ਦੱਸਾਂਗੇ। ਇਹ ਵੀ ਦੱਸਾਂਗਾ ਕਿ ਮੇਰੇ ਕਿੰਨੇ ਪੈਸੇ ਲੱਗੇ ਸੀ, ਕੀ ਪ੍ਰੋਸੈਸ ਹੁੰਦੀ ਹੈ, ਵੀਜ਼ਾ ਪ੍ਰੋਸੈਸ ਕਿੱਦਾਂ ਹੁੰਦੀ ਹੈ, ਤੁਸੀਂ ਕਿੱਦਾਂ ਵੀਜ਼ਾ ਲੈ ਸਕਦੇ ਹੋ, ਵਰਕਿੰਗ ਵੀਜ਼ੇ 'ਤੇ ਆ ਸਕਦੇ ਹੋ, ਸਟੂਡੈਂਟ ਵੀਜ਼ੇ 'ਤੇ ਆ ਸਕਦੇ ਹੋ, ਸਾਰੀ ਗੱਲਾਂ ਦੱਸਣਗੇ। ਬਸ ਸਬਸਕ੍ਰਾਈਬ ਕਰ ਦਿਓ, ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ। ये देखो पिल्लू भी यहाँ 10-10 रुपये में मिल जाएंगे आपको, 10 रुपये के पर पिल्लू। और ये देखो कारपेट, अच्छी कारपेट, $149, ये $75 के हैं, $199। ये कंबल, कंबल भी आप यहाँ से ले सकते हो, टर्किश कंबल। और वो देखो रहे मैट, जो ब्रदर देख रहे हैं मैट, बेड देख ले, दो ऑर्डर करने ने हमने आई नहीं है पिल्लो तो, पर लिविंग रूम मस्त रेड कलर का, सेम वही डिज़ाइन है वो वाला, नहीं ये रेड में चाहिए। ਪਹਿਲਾਂ ਆਪਾਂ ਨੂੰ ਸਾਈਨ ਇਨ ਕਰਨਾ ਪਏਗਾ ਕੇਮਟ ਵਾਸਤੇ ਜਾਣ ਵਾਸਤੇ, ਕਿਉਂਕਿ ਕੇਸਿਸ ਜਿਹੜੇ ਵੱਧ ਰਹੇ ਨੇ, ਬਿਨਾਂ ਸਾਈਨ ਇਨ ਕਰੋ ਅਸੀਂ ਅੰਦਰ ਨਹੀਂ ਜਾ ਸਕਦੇ। ਪਹਿਲਾਂ ਸਾਨੂੰ ਸਾਈਨ ਇਨ ਕਰਨਾ ਪਏਗਾ, ਫਿਰ ਅਸੀਂ ਅੰਦਰ ਜਾ। ਤੁਹਾਨੂੰ ਸ਼ਰਮ ਹੈ ਕੁਝ? ਨਹੀਂ, ਤੋੜ ਨਾ ਦੇਈ ਮਾਮੇ। ਇਹ ਦੇਖੋ ਤੁਸੀਂ ਦੇਖ ਸਕਦੇ ਹੋ, ਇਹ ਜੂਸੀ ਗ੍ਰਾਈਂਡਰ ਵਧੀਆ $39 ਦੀ ਤੁਹਾਨੂੰ ਮਿਲ ਜਾਏਗੀ। ਫਿਰ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈ, ਜਿੱਦਾਂ ਤੁਸੀਂ ਸੋਚਦੇ ਹੋ ਕਿ ਅਸੀਂ ਲੈ ਕੇ ਆਈਏ, ਸਾਨੂੰ ਤੁਹਾਨੂੰ ਕੇ ਮਾਰਟ ਦੇ ਵਿੱਚ ਸਭ ਕੁਝ ਮਿਲ ਜਾਏਗਾ ਜ਼ਿਆਦਾ ਤੋਂ ਜ਼ਿਆਦਾ। ਮਤਲਬ ਬਰਤਨ ਨੇ, ਇਹ ਦੇਖੋ ਇਹ ਸਾਰੇ ਵਾਫਲ ਵਾਸਤੇ ਨੇ, ਵਾਫਲ ਮੇਕਰ $35, ਟੋਸਟਰ ਸਭ ਕੁਝ ਅਵੇਲੇਬਲ ਨੇ, ਰੇਜ਼ਾ ਸੋਡਾ ਸਟ੍ਰੀਮ ਬੋਟਲ ਪੈਪਸੀ ਦੀ ਮਿਲ ਜਾਏਗੀ, ਸਭ ਤੁਹਾਨੂੰ ਮਿਲ ਜਾਏਗੀ। ਓਏ ਹੋਏ ਵਾਓ ਨਾਈਸ, $39
ओनली टोस्टर मेकर है, बहुत सोहना लग रहा है। सारे कैटल्स ने पानी गर्म करने वास्ते डिजिटल कैटल $40-50 दे रहा हूँ। यह देखो कॉफी मेकर साडा कितना सोहना लग रहा है। हाई कॉफी पानी दे कॉफी भी तुम मार सकते हो, सब कुछ मतलब ईजीली अवेलेबल है। मेरी बास्केट्स से जड़ी बाकी चीज़ा ने मैं थोड़ा दिखाता हूँ थोड़ी थोड़ी देर से सारा दसता है कि तुम अपने सर्दियों के कपड़े लैके आ सकते हो। के मार्ट से सू टी शर्टा नॉर्मल $5-$25 की मिल जाएगी। से बास्केट होंगी है जी इधर यूज होंगी है कपड़े वास्ते, तुम देख सकते हो इधर फ्राई पैन भी $20-$13 अपना रेट है सारा। तुम फ्राई पैन भी लै सकते हो आराम, बस तुम अपना कुकर लेके आना क्योंकि कुकर इधर मिलता नहीं है। बाकी सारा थानू के मार्ट चंगा मिल जाएगा, कुकर थानू लैके आना पेगा, बाकी सारा चंगा के मार्ट मिल जाएगा। फ्राई पैन यह देख लो $100 कि इंडिया के हिसाब से $129 के आस पास है, कोई ज़्यादा कोई महंगा नहीं है। सब कुछ लै सकते हो तुम, वधिया भी लै सकते हो। पिछे टॉवल रखी हुई ने सारी $10-$10 की $9-$9 की टॉवल भी तुम लै सकते हो ईजली, कोई दिक्कत नहीं है। बाकी मैं अपने वास्ते ना बैड की साइड टेबल देख रहा सी, हमने अवेलेबल नहीं है। देखो कद तक आती है, $40-$50 की बैड की साइड टेबल मिल जाएगी। देखो छोटी टॉवल है $3 की, वड्डी 10 की है, ठीक है $9 की तुम्हें मिल सकती है आराम। तो तुम ज़्यादा समान लेंदे हो ना, जिदा तुम ज़्यादा समान लेंदे हो और स्टूडेंट नूं देख के ना कुछ तुहानूं फ्री भी दे सकते हैं, तो फ्री भी दे देंगे ने, इदा कोई वड्डी गल नहीं है। ये तो जिदा असी $60 इन्होंने सानूं फ्री करते सी, तो बहुत वधिया मतलब इंट्रैक्शन पैंदा है साडे बंदे उत्ते, वो भी शायद आई थिंक पाकिस्तान सो सी, ठीक है। तो वधिया गल है। तो साडी के मार्ट की शॉपिंग जिहड़ी हो गई है, ठीक है, भरा जा रहा लैके समान, जो जो असी लैना सी लै लिया, हुण गड्डी च पाउणा। ऐरी साडी ड्रग डीलर वाली गड्डी देख सकते हो भाजी, बड़ी खतरनाक लगती है देखने च। सो भाई यह मेरा फस्ट डे सी, मैं आया शॉपिंग करन देखन थोड़ा जा किदा होंदा किदा नहीं, ठीक है। तो मैनू ज़्यादा कुछ पता नहीं सी, तां करके थोड़ा जा मैं इदा नहीं दिखा पाया, वरना मैं होर चंगी तरह तुहानू दिखांदा। जिदा जिदा थोड़ा जा इधर फैमिलियर होंदे रहांगे तुहानू नवीं नवीं चीज़ां दिखाते रहेंगे। हुण जा रहे हैं असी मूवी देखन, ठीक है। 83 मूवी लगी है ओ वाच हार्ले। हाँ ये कर लो पहले बड़े लोग हैं पहले ऐसे करते होंगे। 83 मूवी लगी है वो देखन जा रहे ने पैरामेटा, पैरामेटा दे विच। ते वो भी बहुत वधिया एक्सपीरियंस होएगा आई थिंक सो। प्राग कह रहा है बहुत चंगी मतलब सोफे दे हुंदा है, बहुत वधिया बैड लगे होंगे ने, तुसी उधर मूवी देख सकते हो चंगी तरह, ठीक है। ते गाइस जो भी थोड़ा होएगा तुसी कमेंट सैक्शन से पूछ सकते हो थले, वो कोई पैसे नहीं लगने ना सबसक्राइब करने के पैसे लगने, तो सबसक्राइब कर दौ भीर थोड़ा सपोर्ट चाहिए। तो वीडियो चंगी लगी तो लाइक करना, जो तुम कुछ भी गल पूछनी तुम किसी भी टाइम मैं मैसेज कर सकते हो, यह मेरी इंस्टाग्राम आईडी है, ठीक है। सो गाइस ब्लॉग आते रहेंगे नवे नवे, कोई टेंशन नहीं कोई चक्कर नहीं, मिलते हैं अगले ब्लॉग च, बाय।